ਮੋਡਰਨਾ ਇਨਕੋਰਪੋਰੇਸ਼ਨ ਨੇ ਆਖਿਆ ਹੈ ਕਿ ਉਹ ਅਮਰੀਕੀ ਵਿਗਿਆਨੀਆਂ ਦੇ ਨਾਲ ਰਲ ਕੇ ਅਜਿਹਾ ਬੂਸਟਰ ਸ਼ਾਟ ਤਿਆਰ ਕਰਨ ਦਾ ਅਧਿਐਨ ਕਰ ਰਹੀ ਹੈ ਜਿਹੜਾ ਕਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੂੰ ਖਤਮ ਕਰੇਗਾ ਮੋਡਰਨਾ ਨੇ ਵੀ ਆਖਿਆ ਕਿ ਇਸ ਸਾਲ ਉਹਨਾਂ ਦਾ ਕੋਵਿਡ-19 ਵੈਕਸੀਨ ਉਤਪਾਦਨ ਜਿਹੜਾ ਟੀਚਾ ਉਹ 100 ਮਿਲੀਅਨ ਡੋਜ਼ਾਂ ਦਾ ਹੈ ਅਮਰੀਕਾ ਦੀ ਬਾਇਓਟੈਕ ਕੰਪਨੀ ਨੇ ਬੂਸਟਰ ਸ਼ਾਟ ਦੇ ਲਈ ਕੱਚੀ ਸਮੱਗਰੀ ਤਿਆਰ ਕਰਨ ਦੇ ਲਈ ਕਿਹਾ ਹੈ ਇਹ ਵੇਰੀਐਂਟ ਪਹਿਲੀ ਵਾਰੀ ਸਾਊਥ ਅਫਰੀਕਾ ਦੇ ਵਿੱਚ ਸਾਹਮਣੇ ਆਇਆ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮੌਜੂਦਾ ਕੋਵਿਡ-19 ਵੈਕਸੀਨਸ ਇਸ ਵੇਰੀਐਂਟ ਨੂੰ ਯੂਨਾਈਟਿਡ ਸਟੇਟਸ ਨੈਸ਼ਨਲ ਇੰਸਟੀਚਿਊਟਸ ਆਫ ਹੈਲਥ ਦੇ ਕੋਲ ਪੇਜ ਹੈ ਮਰਡਰਨਾ ਵਾਇਰਸ ਦੇ ਕਈ ਨਵੇਂ ਵੇਰੀਅਰਸ ਨਾਲ ਸਰਜਨ ਦੇ ਲਈ ਕਈ ਹੋਰ ਢੰਗ ਤਰੀਕੇ ਜਿਹੜੇ ਨੇ ਉਹ ਲੱਭ ਰਹੀ ਹੈ ਇਹਨਾਂ ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਪਾਈ ਜਾਣ ਵਾਲੇ ਵੈਰੀਐਂਟ ਨੂੰ ਨਿਸ਼ਾਨਾ ਬਣਾਉਣ ਦੇ ਲਈ ਵਾਦੂ ਬੂਸਟਰ ਸ਼ਾਟ ਇੱਕ ਸਾਂਝਾ ਬੂਸਟਰ ਸ਼ਾਟ ਜਿਸ ਦੇ ਵਿੱਚ ਕੋਵਿਡ-19 ਦੀ ਮੌਜੂਦਾ ਵੈਕਸੀਨ ਤੇ ਐਕਸਪੈਰੀਮੈਂਟਲ ਸ਼ਾਟ ਹੋਏਗਾ ਇਸ ਦੀ ਮੌਜੂਦਾ ਦੋ ਡੋਜ਼ਾਂ ਵਾਲੀ ਵੈਕਸੀਨ ਦੇ ਨਾਲ ਐਕਸਟਰਾ ਬੂਸਟਰ ਸ਼ਾਟ ਜਿਹੜੇ ਨੇ ਉਹ ਸ਼ਾਮਿਲ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ